ਮੁਲਕ ਦੇ 77ਵੇਂ ਜਸ਼ਨ ਆਜ਼ਾਦੀ ਦੀਆਂ ਖੁਸ਼ੀਆਂ ਭਰਵੇਂ ਤਰੀਕੇ ਨਾਲ ਮਨਾਈਆਂ ਗਈਆਂ। ਲੋਕਾਂ ਪਰਚਮੀ ਝੰਡੀਆਂ ਲਾਈਆਂ, ਸਬਜ਼ ਹਲਾਲੀ ਪਰਚਮ ਬੁਲੰਦ ਕੀਤਾ ਤੇ ਇਸ ਮੁਨਾਸਬਤ ਨਾਲ ਇਕੱਠ ਵੀ ਕੀਤੇ। ਇਹ ਦਿਨ ਸਾਨੂੰ ਅੰਗਰੇਜ਼ ਤੋਂ ਆਜ਼ਾਦੀ ਲੈਣ ਵਾਲੇ ਉਹਨਾਂ ਮੁਜਾਹਿਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਕੁਰਬਾਨੀਆਂ ਦੇ ਕੇ ਆਜ਼ਾਦੀ ਦੀ ਰਾਹ ਪੱਧਰ ਕੀਤੀ। ਇਹ ਪੰਧ ਕੋਈ ਸੌਖਾ ਨਹੀਂ ਸੀ, ਫਿਰ ਵੀ ਹਿੰਦੁਸਤਾਨ ਦੇ ਲੋਕਾਂ ਹਿੰਮਤ ਨਹੀਂ ਹਾਰੀ ਤੇ ਜੱਦੋਜਹਿਦ ਜਾਰੀ ਰੱਖੀ। ਖਾਸ ਕਰ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਹ ਹੋਰਾਂ ਦੀ ਅਗਵਾਈ ਵਿੱਚ ਜਿਹੜੀ ਤਹਿਰੀਕ ਚੱਲੀ, ਉਸਦਾ ਅਰੂਜ ਪਾਕਿਸਤਾਨ ਦਾ ਵਜੂਦ ਬਣਿਆ। ਉਹ ਅਜਿਹਾ ਮੁਲਕ ਚਾਹੁੰਦੇ ਸਨ ਜਿੱਥੇ ਸਭੇ ਲੋਕ ਇੱਕ ਬਰਾਬਰ ਹੋਣ, ਮਜ਼ਬਾਂ ਫਿਰਕਿਆਂ ਤੇ ਜ਼ਾਤਾਂ ਦੀ ਬੁਨਿਆਦ ਉੱਤੇ ਕੋਈ ਵਿੱਥ ਨਾ ਹੋਵੇ। ਪਰ ਕਾਇਦ ਦੇ ਅੱਖਾਂ ਮੀਟਣ ਮਗਰੋਂ ਸਾਡੇ ਉੱਤੇ ਉਹ ਲੋਕ ਕਾਬਜ਼ ਹੋ ਗਏ ਜਿਹੜੇ ਅੰਗਰੇਜ਼ ਵਾਂਗੂ ਮਾੜਿਆਂ ਨੂੰ ਗੁਲਾਮ ਬਣਾਉਣ ਦੀ ਸੋਚ ਰੱਖਦੇ ਸਨ। ਅੱਜ 77 ਵਰੇ ਬੀਤ ਜਾਣ ਮਗਰੋਂ ਵੀ ਅਸੀਂ ਜ਼ਿਹਨੀ ਤੌਰ ਉੱਤੇ ਆਜ਼ਾਦ ਨਹੀਂ ਹੋ ਸਕੇ ਤੇ ਉੱਥੇ ਹੀ ਖਲੋਤੇ ਹਾਂ ਜਿੱਥੋਂ ਸਫ਼ਰ ਸ਼ੁਰੂ ਕੀਤਾ ਸੀ। ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਹ ਵੀ ਨਹੀਂ ਦੱਸ ਸਕੇ ਕਿ ਆਜ਼ਾਦੀ ਸਲੰਸਰ ਕੱਢ ਕੇ ਮੋਟਰਸਾਈਕਲ ਚਲਾਉਣ ਨਾਲ ਧੀਆਂ ਭੈਣਾਂ ਨੂੰ ਤੰਗ ਕਰਕੇ ਜਾਂ ਫਿਰ ਵਾਜਾ ਵਜਾ ਕੇ ਨਹੀਂ ਮਨਾਈ ਜਾਂਦੀ, ਬਲਕਿ ਇਹ ਦਿਹਾੜ ਉਹਨਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ ਜਿਹੜੇ ਇਸ ਰਾਹੀਂ ਨਾ ਹੱਕ ਮਾਰੇ ਗਏ। ਜਿਸ ਦਿਨ ਅਸੀਂ ਇਹ ਗੱਲ ਜਾਣ ਗਏ ਕਿ ਆਜ਼ਾਦੀ ਕਿਉਂ ਹਾਸਲ ਕੀਤੀ ਗਈ ਸੀ ਤੇ ਇਹਦਾ ਮਕਸਦ ਕੀ ਸੀ, ਅਸੀਂ ਇਹ ਸਮਝ ਲਿਆ ਕਿ ਮੁਲਕ ਵਿੱਚ ਹਰ ਮਜ਼ਹਬ, ਹਰ ਫਿਰਕੇ ਤੇ ਜ਼ਾਤ ਬਰਾਦਰੀ ਦੇ ਫਰਦ ਦੇ ਮੁੱਢਲੇ ਹੱਕ ਬਰਾਬਰ ਨੇ ਤੇ ਕਾਨੂੰਨ ਸਭ ਨੂੰ ਇੱਕ ਨਿਗਾਹ ਨਾਲ ਵੇਖਦਾ ਹੈ। ਉਸ ਦਿਹਾੜੇ ਅਸੀਂ ਆਜ਼ਾਦੀ ਦਾ ਹਕੀਕੀ ਜਸ਼ਨ ਮਨਾਵਾਂਗੇ ਤੇ ਮੁਲਕ ਵੀ ਆਪੇ ਤਰੱਕੀ ਦੀ ਰਾਹ ਪੈ ਜਾਵੇਗਾ। ਓਨੀ ਦੇਰ ਤੀਕਰ ਇਹ ਖੇਡ ਤਮਾਸ਼ਾ ਆਪਣੇ ਆਪ ਨਾਲ ਝੂਠ ਬੋਲਣ ਤੋਂ ਵੱਖ ਕੁਝ ਨਹੀਂ।